843 ਬੱਸਾਂ ਅਸੀਂ ਨਵੀਆਂ ਪਾਤੀਆਂ ਪੂਰੇ ਆਰਡਰ ਦਿੱਤੇ ਟੈਂਡਰ ਹੋ ਗਏ ਹਵਾ ਚ ਗੱਲ ਨਹੀਂ ਹੈ 200 ਬੱਸਾਂ ਚੰਨੀ ਸਾਹਿਬ ਤੋਂ ਉਦਘਾਟਨ ਕਰਾ ਦੇਣਾ ਬਾਈ ਦਾ ਐਂਡ ਆਫ ਦਿਸ ਮੰਥ 400 ਕਰੋੜ ਰੁਪਏ ਦੇ ਨਵੇਂ ਅਸੀਂ ਬੱਸ ਸਟੈਂਡ ਦਾ ਨਵੀਨੀਕਰਨ ਰੱਖ ਰਹੇ ਹਾਂ ਤੁਹਾਡੇ ਸਾਹਮਣੇ ਅੱਜ 6,57,00,000 ਰੁਪਏ ਦਿੱਤਾ ਇਹਦੇ ਨਾਲ 1,15,00,000 ਰੁਪਇਆ ਡੇਲੀ ਦੀ ਜੇ ਉਹ ਬੱਸਾਂ ਬਦਲਦੀਆਂ ਨਾ ਫੜਦਾ ਜਾਂ ਨਜਾਇਜ਼ ਨਾ ਫੜਦਾ ਤਾਂ 1,15,00,000 ਰੁਪਇਆ ਡੇਲੀ ਦਾ ਆਮਦਨ ਚ ਵਾਧਾ ਕੀਤਾ ਇਕੱਲਾ ਵਿਖਾਵਾ ਨਹੀਂ ਕੀਤਾ ਸੋ ਇਹ ਤਮਾਮ ਸਾਰੀਆਂ ਅਸੀਂ ਗੱਲਾਂ ਕੀਤੀਆਂ ਮੇਰੇ ਸਰਕਾਰੀਓ ਭਰਾਓ ਸੋ ਹੋਰ ਵੀ ਇਹ ਸਾਰਾ ਕੁਝ ਸਰਦਾਰ ਚੰਨੀ ਦੀ ਅਗਵਾਈ ਚ ਹੋ ਰਿਹਾ ਤੇ ਸਾਨੂੰ ਮੁੱਖ ਮੰਤਰੀ ਬੜਾ ਨੇਕ ਮਿਲਿਆ ਜਿਹੜਾ ਕਹਿੰਦਾ ਕਿ ਫੱਟੇ ਚੱਕ ਦਿਓ ਜੋ ਗਲਤ ਕੰਮ ਕਰਦਾ ਨੂੰ ਫੜ ਕੇ ਅੰਦਰ ਜਿਹੜਾ ਨੀਂਹ ਪੱਥਰ ਰੱਖਣ ਵਾਸਤੇ ਅਸੀਂ ਆਏ ਹਾਂ ਕਿਉਂਕਿ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਮੁੱਖ ਮੰਤਰੀ ਸਾਹਿਬ ਦੀ ਕਿਰਪਾ ਦੇ ਸਦਕਾ ਅਸੀਂ 6,57,00,000 ਰੁਪਇਆ ਇਹਨਾਂ ਨੂੰ ਸੈਂਕਸ਼ਨ ਕੀਤਾ ਸੋ ਇਹਦਾ ਟੈਂਡਰ ਲੱਗ ਚੁੱਕਿਆ ਹੈ ਜਿਹੜਾ ਕਿ 16 ਤਰੀਕ ਨੂੰ ਇਹ ਖੁੱਲ ਜਾਏਗਾ ਤੇ ਉਸ ਤੋਂ ਬਾਅਦ ਟੈਕਨੀਕਲ ਜਿਹੜੀ ਬਿੱਡ ਹੈ ਉਹ ਵੀ 21 ਨੂੰ ਖੁੱਲ ਜਾਏਗੀ 22-23 ਤਰੀਕ ਨੂੰ ਅਸੀਂ ਏਰਾ ਮੁਕੰਮਲ ਤੌਰ ਤੇ ਕੰਮ ਚਲਾ ਦਿਆਂਗੇ ਕੋਸ਼ਿਸ਼ ਕਰਾਂਗੇ ਕਿ ਕੰਪਲੀਟ ਤਾਂ ਨਹੀਂ ਹੋ ਸਕਣਾ ਲੇਕਿਨ ਇਹ ਜਦੋਂ ਅਗਲੀ ਸਰਕਾਰ ਬਣੇਗੀ ਮਾਰਚ ਤੱਕ ਉਦੋਂ ਤੱਕ ਇਹ ਕੰਪਲੀਟੇਸ਼ਨ ਦੇ ਨੇੜੇ ਪਹੁੰਚ ਜਾਏਗਾ ਤਾਂ ਜੋ ਸਰਦਾਰ ਚੰਨੀ ਜੀ ਇਹਨੂੰ ਦੁਬਾਰੇ ਫਿਰ ਇਨੋਗਰੇਟ ਕਰਕੇ ਇਹਦਾ ਜਿਹੜਾ ਮੁਕੰਮਲ ਵਾਲਾ ਵੀ ਨੀਂਹ ਪੱਥਰ ਅਸੀਂ ਰੱਖੀਏ।